ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ, ਮੈਂ ਡੀਐਮ ਗੈਸਟਰੋਐਂਟੈਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ, ਜਿਹੜਾ ਕਿ ਸ਼ੁਭਮ ਇਨਕਲੇਵ ਬਟਾਲਾ ਰੋਡ ਤੇ ਸਥਿਤ ਹੈ। ਅੱਜ ਦਾ ਜਿਹੜਾ ਟੌਪਿਕ ਹੈਗਾ ਜੋ ਮੈਂ ਸਾਰਿਆਂ ਮਤਲਬ ਸਾਰੇ ਆਦਮੀਆਂ ਨਾਲ ਸਾਰਿਆਂ ਨਾਲ ਮੈਂ ਸ਼ੇਅਰ ਜੋ ਕਰਨਾ ਚਾਹੁੰਦਾ ਉਹ ਹੈਗਾ ਫੈਟੀ ਲੀਵਰ। ਫੈਟੀ ਲੀਵਰ ਇੱਕ ਬਹੁਤ ਹੀ ਕਾਮਨ ਪ੍ਰੋਬਲਮ ਹੈ ਜੋ ਮੈਂ ਦੇਖ ਰਿਹਾ ਕਿ ਲੋਕ ਇਸ ਚੀਜ਼ ਨੂੰ ਬਹੁਤ ਲਾਈਟ ਲੈਂਦੇ ਨੇ। ਉਹਦੇ ਕਈ ਰੀਜ਼ਨਸ ਨੇ, ਕਿਉਂਕਿ ਜਿਹੜੇ ਆਪਣਾ ਨੋਰਮਲ ਫਿਜ਼ੀਸ਼ੀਅਨਸ ਨੇ ਜਾਂ ਸਿੰਪਲ MBBS ਡਾਕਟਰ ਨੇ, ਉਹ ਉਹਨਾਂ ਨੂੰ ਪ੍ਰੋਪਰ ਚੰਗੇ ਤਰੀਕੇ ਨਾਲ ਗਾਈਡ ਨਹੀਂ ਕਰ ਪਾਉਂਦੇ ਕਿ ਬਈ ਫੈਟੀ ਲੀਵਰ, ਉਹ ਕਹਿੰਦੇ ਕਿ ਇਹ ਤਾਂ ਸਭ ਨੂੰ ਹੁੰਦਾ ਹੈ, ਇਸ ਨੂੰ ਇਹਦੇ ਵਿੱਚ ਵਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਲੇਕਿਨ ਮੈਂ ਚਾਹੂੰਗਾ ਕਿ ਅਗਰ ਕਿਸੇ ਵੀ ਇਨਸਾਨ ਨੂੰ ਫੈਟੀ ਲੀਵਰ ਹੁੰਦਾ, ਉਹਦੇ ਕਈ ਰੀਜ਼ਨ ਨੇ, ਉਹ ਰੀਜ਼ਨ ਮੈਂ ਦੱਸਾਂਗਾ। ਅਗਰ ਤੁਹਾਡੇ ਅਲਟਰਾਸਾਊਂਡ ਦੇ ਵਿੱਚ ਫੈਟੀ ਲੀਵਰ ਆਉਂਦਾ ਹੈ ਤਾਂ ਮੈਂ ਸਾਰੇ ਗੁਰਦਾਸਪੁਰ ਨਗਰ ਵਾਸੀਆਂ ਨੂੰ, ਇਨਫੈਕਟ ਆਸੇ ਪਾਸੇ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਜੋ ਮੇਰੇ ਕੋਲ ਆਉਂਦੇ ਵੀ ਨੇ, ਮੈਂ ਚਾਹੂੰਗਾ ਕਿ ਉਹ ਮੇਰੇ ਕੋਲ ਇੱਥੇ ਆ ਕੇ ਜਾਂ ਕਿਸੇ ਵੀ ਗੈਸਟਰੋ ਦੇ ਡਾਕਟਰ ਕੋਲ ਜਾ ਕੇ, ਜਿਹੜਾ ਪ੍ਰੋਪਰ DM ਗੈਸਟਰੋ ਇੰਟੈਰੋਲੋਜਿਸਟ ਹੋਵੇ, ਉਹਦੇ ਕੋਲ ਜਾ ਕੇ ਇੱਕ ਵਾਰ ਸਲਾਹ ਜ਼ਰੂਰ ਲੈਣ, ਕਿਉਂਕਿ ਫੈਟੀ ਲੀਵਰ ਜਿਹੜੀ ਹੈਗੀ ਹੈ ਇਹ ਸਾਡੇ ਲੀਵਰ ਨੂੰ ਡੇ ਬਾਏ ਡੇ ਖਰਾਬ ਕਰਦਾ। ਬਿਨਾਂ ਸ਼ਰਾਬ ਪੀਤੇ ਵੀ ਸਾਡਾ ਲੀਵਰ ਜਿਹੜਾ ਆ ਉਹ ਖਰਾਬ ਹੋ ਸਕਦਾ। ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਦੱਸ ਸਕਦਾ ਕਿ ਮੇਰੇ ਕੋਲ ਕਈ ਫੀਮੇਲਸ ਪੇਸ਼ੈਂਟ ਆਉਂਦੀਆਂ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਲੀਵਰ ਜਿਹੜਾ ਹੈ ਖਰਾਬ ਹੋ ਰਿਹਾ, ਸਡਨਲੀ ਉਹਨਾਂ ਦੇ ਪੇਟ ਦੇ ਵਿੱਚ ਪਾਣੀ ਭਰਨ ਲੱਗ ਜਾਂਦਾ ਹੈ ਜਾਂ ਪੇਟ 'ਚ ਫੁਲਾਵਟ ਆਉਣ ਲੱਗ ਜਾਂਦੀ ਹੈ ਜਾਂ ਪੇਸ਼ੈਂਟ ਨੂੰ ਖੂਨ ਦੀ ਉਲਟੀ ਆਉਂਦੀ ਹੈ ਜਾਂ ਲੈਟਰਿੰਗ ਕਾਲੇ ਰੰਗ ਦੀ ਆਉਂਦੀ ਹੈ, ਉਸ ਦਿਨ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਲੀਵਰ ਖਰਾਬ ਹੋ ਗਿਆ। ਔਰ ਉਸਦਾ ਕਾਰਨ ਜਦੋਂ ਅਸੀਂ ਇਵੈਲੂਏਟ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਉਹਨੂੰ ਫੈਟੀ ਲੀਵਰ ਸੀ ਕਿਸੇ ਜ਼ਮਾਨੇ 'ਚ, ਉਹ ਹੌਲੀ ਹੌਲੀ ਕਰਕੇ ਲੀਵਰ ਸਿਰੋਸਿਸ ਹੋ ਗਿਆ। ਤਾਂ ਜਿਹੜੀ ਫੈਟੀ ਲੀਵਰ ਦੀ ਸਮੱਸਿਆ ਇਸ ਮਤਲਬ ਬਹੁਤ ਮਤਲਬ ਸਿੰਪਲ ਨਹੀਂ ਹੈਗੀ, ਇਸਦੇ ਕਰਕੇ ਸਾਡਾ ਲੀਵਰ ਬਿਲਕੁਲ ਖਰਾਬ ਹੋ ਸਕਦਾ। ਕੁਝ ਪਰਸੈਂਟ ਲੋਕਾਂ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਫੈਟੀ ਲੀਵਰ ਤੋਂ ਲੀਵਰ ਦਾ ਕੈਂਸਰ ਵੀ ਹੁੰਦਾ। ਇਸ ਪ੍ਰੋਪਰ ਏਮਸ ਦੀਆਂ ਸਟੱਡੀਜ਼ ਨੇ, ਸਾਡੀਆਂ ਗੈਸਟਰੋ ਦੀਆਂ ਸਟੱਡੀਜ਼ ਨੇ, ਜਿਹਦੇ ਵਿੱਚ ਇਹ ਪਾਇਆ ਗਿਆ ਕਿ ਜਿਨ੍ਹਾਂ ਨੂੰ ਫੈਟੀ ਲੀਵਰ ਹੁੰਦਾ ਕਿ ਫੈਟੀ ਲੀਵਰ ਆਪਣੇ ਆਪ ਦੇ ਵਿੱਚ ਲੀਵਰ ਕੈਂਸਰ ਦਾ ਇੱਕ ਮੁੱਖ ਕਾਰਨ ਮੰਨਿਆ ਜਾਂਦਾ ਹੈ। ਇਸੇ ਕਰਕੇ ਮੈਂ ਲੋਕਾਂ ਨੂੰ ਇਹ ਐਡਵਾਈਸ ਕਰੂੰਗਾ ਕਿ ਤੁਸੀਂ ਜੇ ਤੁਹਾਨੂੰ ਅਲਟਰਾਸਾਊਂਡ ਦੇ ਵਿੱਚ ਕਦੇ ਫੈਟੀ ਲੀਵਰ ਆਉਂਦਾ ਹੈ ਤਾਂ ਤੁਸੀਂ ਪ੍ਰੋਪਰ ਗੈਸਟਰੋਐਂਟੈਰੋਲੋਜਿਸਟ ਕੋਲ ਜਾਓ। ਉਹ ਤੁਹਾਨੂੰ ਪ੍ਰੋਪਰ ਗਾਈਡ ਕਰੇਗਾ ਕਿ ਤੁਹਾਡੀ ਲੀਵਰ ਦੀ ਸਟੇਜ ਜਿਹੜੀ ਹੈ ਕਿਹੜੀ ਹੈ। ਇਟਸ ਨਾਟ ਕਿ ਅਲਟਰਾਸਾਊਂਡ ਦੇ ਵਿੱਚ ਗ੍ਰੇਡ 1 ਫੈਟੀ ਲੀਵਰ ਹੈ, ਗ੍ਰੇਡ 2। ਅਲਟਰਾਸਾਊਂਡ ਇੱਕ ਇਜ਼ ਨਾਟ ਅ ਮੋਡੈਲਿਟੀ, ਮਤਲਬ ਅਲਟਰਾਸਾਊਂਡ ਕੋਈ ਜ਼ਰੀਆ ਨਹੀਂ ਹੈਗਾ ਫੈਟੀ ਲੀਵਰ ਨੂੰ ਗ੍ਰੇਡ ਕਰਨ ਦਾ ਕਿ ਹਾਂਜੀ ਪਹਿਲਾ ਗ੍ਰੇਡ ਹੈ, ਦੂਸਰਾ ਗ੍ਰੇਡ ਹੈ। ਔਰ ਅਗਰ ਕੋਈ ਗ੍ਰੇਡ ਕਰਦਾ ਹੈ ਗਲਤ, ਫਾਈਬਰੋ ਸਕੈਨ ਇੱਕ ਜੋ ਲੇਟੈਸਟ ਟੈਕਨੋਲੋਜੀ ਹੈ, ਦਿਸ ਇਹ ਇੱਕ ਸਹੀ ਮੋਡੈਲਿਟੀ ਹੈ ਜੋ ਗ੍ਰੇਡਿੰਗ ਕਰਦੀ ਹੈ ਕਿ ਗ੍ਰੇਡ 1 ਫੈਟੀ ਲੀਵਰ ਹੈ, 2 ਹੈ, 3 ਹੈ ਜਾਂ ਸਿਰੋਸਿਸ ਹੈ। ਪਲੱਸ ਕੁਝ ਬਲੱਡ ਦੇ ਟੈਸਟ ਹੁੰਦੇ ਨੇ ਔਰ ਪਲੱਸ ਕੁਝ ਸਕੋਰਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕੈਲਕੂਲੇਟ ਕਰਕੇ ਪੂਰਾ ਇਵੈਲੂਏਟ ਕਰਦੇ ਹਾਂ ਕਿ ਹਾਂਜੀ ਇਹ ਫੈਟੀ ਲੀਵਰ ਦੀ ਕਿਹੜੀ ਸਟੇਜ ਹੈ ਤੇ ਪੇਸ਼ੈਂਟ ਨੂੰ ਦਵਾਈ ਖਾਣ ਦੀ ਜ਼ਰੂਰਤ ਹੈ ਜਾਂ ਨਹੀਂ। ਅਗਰ ਹੈ ਤਾਂ ਕਿੰਨੇ ਟਾਈਮ ਵਾਸਤੇ, ਕਿ ਬਾਈ 3 ਮੰਥਸ ਲੈਣਾ ਹੈ, 6 ਮੰਥ ਲੈਣੀ ਹੈ, 1 ਈਅਰ ਵਾਸਤੇ ਕੋਰਸ ਲੈਣਾ ਹੈ। ਫਿਰ ਫੈਟੀ ਲੀਵਰ ਦੇ ਵੀ ਅੱਗੇ ਕਈ ਕਾਰਨ ਹੁੰਦੇ ਨੇ, ਕਦੇ ਕਦੇ ਕਾਲੇ ਪੀਲੇ ਕਰਕੇ ਵੀ ਫੈਟੀ ਲੀਵਰ ਹੋ ਜਾਂਦਾ ਹੈ, ਕਦੇ ਕਰਕੇ ਸ਼ੂਗਰ ਕਰਕੇ ਵੀ ਹੁੰਦਾ ਹੈ, ਕਦੇ ਕਦੇ ਸਿੰਪਲ ਸ਼ਰਾਬ ਪੀਣ ਕਰਕੇ ਵੀ ਹੁੰਦਾ। ਤਾਂ ਕਈ ਰੀਜ਼ਨਸ ਹੈਗੇ ਆ ਜਿਹੜੇ ਕਿ ਫੈਟੀ ਲੀਵਰ ਦੇ ਹੈ। ਤਾਂ ਇਹ ਚੀਜ਼ਾਂ ਨੂੰ ਇਵੈਲੂਏਟ ਕਰਨ ਵਾਸਤੇ ਇੱਕ ਪ੍ਰੋਪਰ ਸੁਪਰ ਸਪੈਸ਼ਲਿਸਟ ਦੀ ਜ਼ਰੂਰਤ ਹੁੰਦੀ ਹੈ। ਸੋ ਅੱਜ ਦੀ ਵੀਡੀਓ ਦਾ ਜੋ ਮੇਰਾ ਮੁੱਖ ਕਾਰਨ ਹੈ ਲੋਕਾਂ ਨੂੰ ਇਹ ਸਮਝਾਉਣਾ ਕਿ ਜੇ ਤੁਹਾਡੇ ਮਤਲਬ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਖਾਣ ਪੀਣ ਦੇ ਵਿੱਚ, ਜਨਰਲੀ ਆਪਾਂ ਅਲਟਰਾਸਾਊਂਡ ਕਰਾ ਲੈਂਦੇ ਹਾਂ, ਉਹਦੇ ਵਿੱਚ ਫੈਟੀ ਲੀਵਰ ਆ ਜਾਂਦਾ, ਫਿਰ ਆਪਾਂ ਛੋਟੇ ਡਾਕਟਰਸ ਨੂੰ ਦਿਖਾ ਦਿੰਦੇ ਹਾਂ, ਉਹ ਕਹਿੰਦੇ ਨੇ ਕੋਈ ਗੱਲ ਨਹੀਂ ਤਾਂ ਸਭ ਨੂੰ ਹੁੰਦਾ ਹੈ। ਇਟਸ ਨਾਟ ਲਾਈਕ ਦਿਸ। ਅਗਰ ਤੁਹਾਨੂੰ ਕੋਈ ਫੈਟੀ ਲੀਵਰ ਹੈ ਤਾਂ ਮੇਰੀ ਇਹ ਤੁਹਾਨੂੰ ਜੈਨੂਅਨ ਐਡਵਾਈਸ ਹੈ ਕਿ ਤੁਸੀਂ ਪ੍ਰੋਪਰ ਗੈਸਟਰੋਐਂਟੈਰੋਲੋਜਿਸਟ ਨੂੰ ਦਿਖਾਓ, ਸੋ ਦੈਟ ਅਸੀਂ ਤੁਹਾਨੂੰ ਪ੍ਰੋਪਰ ਇਵੈਲੂਏਟ ਕਰ ਪਾਈਏ ਤੇ ਉਸਦਾ ਪ੍ਰੋਪਰ ਸਹੀ ਤਰੀਕੇ ਨਾਲ ਇਲਾਜ ਕਰ ਸਕੀਏ, ਤਾਂ ਕਿ ਅੱਜ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਆਉਣ ਵਾਲੇ 7 ਸਾਲ 'ਚ, 10 ਸਾਲ 'ਚ ਜੇ ਤੁਹਾਡਾ ਲੀਵਰ ਖਰਾਬ ਹੋ ਗਿਆ, ਲੀਵਰ ਸਿਰੋਸਿਸ ਹੋ ਗਿਆ,
ਲੀਵਰ ਦਾ ਕੈਂਸਰ ਹੋ ਗਿਆ, ਫਿਰ ਉਸ ਟਾਈਮ ਤੇ ਬੰਦੇ ਨੂੰ ਸੋਚਦਾ ਕਿ ਮੈਂ ਉਸ ਟਾਈਮ ਕਿ ਅਸੀਂ ਪ੍ਰੋਪਰ ਸੁਪਰ ਸਪੈਸ਼ਲਿਸਟ ਨੂੰ ਦਿਖਾਇਆ ਨਹੀਂ ਔਰ ਅੱਜ ਮੈਨੂੰ ਆਹ ਦਿਨ ਦੇਖਣਾ ਪੈ ਰਿਹਾ ਹੈ। ਤਾਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ, ਸਾਰੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ, ਈਵਨ ਜਿਹੜੇ ਮੇਰੇ ਬਟਾਲੇ ਤੋਂ ਪੇਸ਼ੈਂਟਸ ਆਉਂਦੇ ਆ, ਪਠਾਨਕੋਟ ਤੋਂ ਆਉਂਦੇ, ਮੈਂ ਸਭ ਨੂੰ ਇਹੀ ਐਡਵਾਈਸ ਕਰੂੰਗਾ, ਅਗਰ ਕੋਈ ਫੈਟੀ ਲੀਵਰ ਹੈ ਤਾਂ ਤੁਸੀਂ ਕਾਇੰਡਲੀ ਪ੍ਰੋਪਰ ਗੈਸਟਰੋਇੰਟੈਰੋਲੋਜਿਸਟ ਕੋਲ ਜਾਓ ਔਰ ਆਪਣਾ ਪ੍ਰੋਪਰ ਇਵੈਲਿਊਏਟ ਕਰਾਓ। ਸਤਿ ਸ਼੍ਰੀ ਅਕਾਲ।